ਗੁਰਪੂਰੇ ਕੀ ਵਡਿਆਈ, ਗੁਰਪੂਰੇ ਕੀ ਵਡਿਆਈ, ਗੁਰਪੂਰੇ ਕੀ ਵਡਿਆਈ, ਤਾਂ ਕੀ ਕੀਮਤ ਕਹੀ ਨ ਜਾਈ, ਤਾਂ ਕੀ ਕੀਮਤ ਕਹੀ ਨ ਜਾਈ, ਤਾਂ ਕੀ ਕੀਮਤ ਕਹੀ ਨ ਜਾਈ, ਕੀਮਤ ਕਹੀ ਨ ਜਾਈ, ਕੀਮਤ ਕਹੀ ਨ ਜਾਏ, ਗੁਰਪੂਰੇ ਕੀ ਵਡਿਆਈ, ਗੁਰਪੂਰੇ ਕੀ ਵਡਿਆਈ, ਗੁਰਪੂਰੇ ਕੀ ਵਡਿਆਈ, ਗੁਰਪੂਰੇ ਕੀ ਵਡਿਆਈ। ਹਰ ਮਨ ਤਨ ਵਸਿਆ ਸੋਈ, 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 ਜੈ ਜੈ ਕਰੇ ਸਭ ਕੋਈ, ਜੈ ਜੈਕਾਰ ਕਰੇ ਸਭ ਕੋਈ, ਜੈਕਾਰ ਕਰੇ ਸਭ ਕੋਈ, ਜੈ 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 ਜੈਕਾਰ ਕਰੇ ਸਭ ਕੋਈ, ਗੁਰਪੂਰੇ ਕੀ ਵਡਿਆਈ, ਗੁਰਪੂਰੇ ਕੀ ਵਡਿਆਈ, ਗੁਰਪੂਰੇ ਕੀ ਵਡਿਆਈ, ਗੁਰਪੂਰੇ ਕੀ ਵਡਿਆਈ, ਪੂਰੇ ਕੀ ਵਡਿਆਈ, ਗੁਰਪੂਰੇ ਕੀ ਵਡਿਆਈ। ਕੁਰਬਾਨ ਜਾਈ ਤੇਰੇ ਨਾਂ, ਹਉ 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 ਕੁਰਬਾਨ ਜਾਈ ਤੇਰੇ ਨਾਂ, ਕੁਰਬਾਨ ਜਾਈ ਤੇਰੇ ਨਾਂ, ਕੁਰਬਾਨ ਜਾਈ ਤੇਰੇ ਨਾਂ, ਜਿਸ ਨੂੰ ਬਖਸ਼ ਲਏ ਮੇਰੇ ਪਿਆਰੇ, 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 ਸੋ ਜਸ ਤੇਰਾ ਗਾਵੇ, ਸੋ ਜਸ ਤੇਰਾ ਗਾਵੇ, ਸੋ ਜਸ ਤੇਰਾ ਗਾਵੇ, ਸੋ ਜਸ
जस तेरा गावे, सो जस तेरा गावे, सो जस तेरा गावे। गुरपुरे की बड़ियाई, गुरपुरे की बड़ियाई, गुरपुरे गुरपुरे की वड्याई, गुरपुरे की वड्याई, गुरपुरे की वड्याई, गुरपुरे की वड्याई। नानक प्रभ सरनाई, नानक प्रभ सरनाई, नानक प्रभ सरनाई, नानक प्रभ सरनाई। तू पारो स्वामी मेरा, तू पारो स्वामी मेरा, पारो स्वामी मेरा, पारो स्वामी मेरा। संतां परवासा तेरा, संतां परवासा तेरा, परवासा तेरा, परवासा तेरा। नानक प्रभ सरनाई, नानक प्रभ सरनाई, नानक प्रभ मुख निंदक कै साई, मुख निंदक कै साई, मुख निंदक कै साई। गुरपुरे की वड्याई, 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 गुरपुरे की वड्याई। कान की कीमत कही न जाए, कान की कीमत कही न जाए, गुरपुरे की वड्याई, 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 गुरपुरे की वड्याई। श्री वाहेगुरु जी। ਸਾਰੀ ਸੰਗਤ ਪਿਆਰ ਨਾਲ ਅੱਖ, ਧੰਨ ਗੁਰੂ ਨਾਨਕ, 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 ਤੁਹੀ ਨਿਰੰਕਾਰ, ਤੁਹੀ ਨਿਰੰਕਾਰ। ਵਡਿਆਈ ਗੁਰਮੁਖ ਦੇ ਪ੍ਰਭ, ਹਰ ਭਾਵੇ ਸੋਈ, ਗੁਰਮੁਖ ਨਾਨਕ ਆਰਾਧਿਆ, ਸਭ ਆਖੋ ਧੰਨ 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 ਗੁਰ ਸੋਈ। ਸੁਧ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ।
ਜਿਨ੍ਹਾਂ ਦੇ ਅਵਤਾਰ ਗੁਰ ਪ੍ਰਭਾਵ ਸਭ ਸੰਗਤਾਂ ਰਲ ਮਿਲ ਕੇ ਮਨਾ ਰਹੇ ਪ੍ਰਭਾਤ ਫੇਰੀ ਦੇ ਰੂਪ ਵਿੱਚ ਅੰਮ੍ਰਿਤ ਵੇਲੇ ਦਾ ਲਾਹ ਲੈ ਰਹੇ ਹੋ, ਵੱਡੀ ਭਾਗ ਪੂਰੇ ਗੁਰੂ ਦੀਆਂ ਵਡਿਆਈਆਂ ਕਰ ਰਹੇ ਹੋ। ਆਪਣਾ ਗੁਰੂ ਪੂਰਾ ਹੈ, ਦੁਨੀਆਂ ਦੇ ਗੁਰੂ ਬੜੇ ਹੋਏ ਨੇ, ਪਰ ਮੇਰੇ ਬਾਬੇ ਵਰਗਾ ਕੋਈ ਗੁਰੂ ਨਹੀਂ ਹੈ। ਮੇਰਾ ਬਾਬਾ ਪੂਰਾ ਗੁਰੂ ਹੈ, ਪੂਰਾ ਰੱਬ ਅਰਾਧਿਆ, ਪੂਰਾ ਜਾਗਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਰੂ। ਜਿਹਨੂੰ ਪੂਰੇ ਗੁਰੂ ਦੀ ਵਡਿਆਈ ਮਿਲ ਗਈ। ਮਹਾਂਪੁਰਖ ਧੰਨ ਬਾਬਾ ਨਾਨਕ ਸਿੰਘ ਜੀ ਇੱਕ ਬਚਨ ਕਰਿਆ ਕਰਦੇ ਸਨ, ਜ਼ਿੰਦਗੀ ਵਿੱਚ ਕੁਝ ਮਿਲੇ, ਮਾਇਆ ਮਿਲੇ ਚਾਹੇ ਨਾ, ਪੁੱਤਰ ਮਿਲੇ ਚਾਹੇ ਨਾ, ਸੰਸਾਰ ਦੀ ਸ਼ੋਭਾ ਮਿਲੇ ਚਾਹੇ ਨਾ, ਕਹਿੰਦੇ ਇੱਕ ਚੀਜ਼ ਮਿਲ ਗਈ, ਪੂਰੇ ਗੁਰੂ ਦੀ ਵਡਿਆਈ, ਗੁਰੂ ਨਾਨਕ ਦੀ ਵਡਿਆਈ ਜਿਹਨੂੰ ਮਿਲ ਗਈ ਨਾ। ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਨਾਨਕ ਦੀ ਵਡਿਆਈ ਕਰਨ ਲੱਗ ਗਿਆ, ਜਪ ਜੀ ਸਾਹਿਬ ਦਾ ਪਾਠ ਕਰਨ ਲੱਗ ਗਿਆ, ਵਾਹਿਗੁਰੂ ਜੀ ਦਾ ਜਾਪ ਕਰਨ ਲੱਗ ਗਿਆ, ਬਾਬਾ ਨਾਨਕ ਸਿੰਘ ਦੇ ਬਚਨ ਨੂੰ ਕੀ ਮਿਲਿਆ? ਜਿਉਂਦਿਆਂ ਸੱਚਖੰਡ ਵਿੱਚ ਥਾਂ ਮਿਲ ਗਈ। ਆਖੋ ਸਾਰੇ ਪਿਆਰ ਨਾਲ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਮਹਾਂਪੁਰਖ ਬਚਨ ਕਰਿਆ ਕਰਦੇ, ਆਪਾਂ ਬੁਰਸ਼ ਕਰਦੇ ਮੁੱਖ ਵਿੱਚ, ਕਾਹਦੇ ਵਾਸਤੇ ਕਰਦੇ ਹਾਂ? ਸਾਡਾ ਮੋਹ ਸਾਫ਼ ਹੋਏ, ਬਦਬੂ ਨਾ ਆਏ, ਸੁੱਚਾ ਹੋ ਜੇ। ਪਰ ਬਾਬਾ ਜੀ ਬਚਨ ਕਰਦੇ, ਜਦੋਂ ਕਿਤੇ ਪਿਆਰ ਨਾਲ ਸਤਿਗੁਰੂ ਨਾਨਕ ਕਹਿ ਦਈਏ ਨਾ, 100 ਰੂਹ ਕੋੜੇ ਦੀਆਂ ਕੁਰਲੀਆਂ ਕਰ ਲਓ ਇੱਕ ਬਰੋਬਰ। ਗੁਰੂ ਨਾਨਕ ਸਾਹਿਬ ਜੀ ਦਾ ਨਾਂ ਲੈਣ ਨਾਲ ਹੀ ਮੁੱਖ ਪਵਿੱਤਰ ਹੋ ਜਾਂਦਾ, ਮੁੱਖ ਪਵਿੱਤਰ ਹੋਏ। ਰਾਮ ਗੋਬਿੰਦ ਜਪਿੰਦਿਆਂ ਮੁੱਖ ਪਵਿੱਤਰ ਹੋਏ, ਨਾਮ ਕਹਿਤ ਗੋਬਿੰਦ ਕਾ ਸੁੱਚੀ ਭਈ, ਰਸਨਾ ਉਹ ਰਸਨਾ ਪਵਿੱਤਰ ਹੋ ਜਾਂਦੀ। ਵੱਡੇ ਭਾਗ ਜਾਗੇ ਨੇ, ਪੂਰੇ ਗੁਰੂ ਦੀ ਵਡਿਆਈਆਂ ਕਰੇ, ਅਧੂਰੇ ਗੁਰੂ ਦੀਆਂ ਨਹੀਂ। ਜਿਹਨੇ ਪੂਰੇ ਗੁਰੂ ਦੀ ਵਡਿਆਈ ਕਰ ਲਈ, ਸਤਿਗੁਰ ਕਹਿੰਦੇ ਸ਼ੁੱਧ ਹੋ ਜਾਏਗਾ। ਗੁਰੂ ਅਮਰਦਾਸ ਪਾਤਸ਼ਾਹ ਦੀ ਮੋਹਰ ਲੱਗੀ ਇਸ ਪਾਵਨ ਸਲੋਕ ਅੰਦਰ, ਇਹ ਮਨ ਹਰ ਜੀ ਧਿਆਏ ਤੋਂ, ਇੱਕ ਮਨ ਇੱਕ ਚਿੱਤ, ਇੱਕ ਮਨ ਇੱਕ ਚਿੱਤ ਭਾਏ ਹਰ ਕੀਆਂ, ਸਦਾ ਸਦਾ ਵਡਿਆਈਆਂ ਦੇ ਨਾ ਪਛੇ ਪਛੋਤਾਏ। ਇਸ ਪਾਵਨ ਸ਼ਬਦ ਦੀ ਆਖਰੀ ਪੰਕਤੀ ਹੈ, ਵਡਿਆਈ ਗੁਰਮੁਖ ਦੇ ਬ੍ਰਹਰ ਪਾਵੇ ਸੋਈ, ਗੁਰਮੁਖ ਨਾਨਕ ਅਰਾਧਿਆ ਸਭ ਆਖੋ ਧੰਨ। ਗੁਰੂ ਨੂੰ ਆਖੋ ਧੰਨ ਧੰਨ ਗੁਰ ਸੋਈ, ਜਿਹੜਾ ਕਹੂਗਾ ਅੱਗੋਂ, ਕਹਿੰਦੇ ਸਤਿਗੁਰ ਕਹਿੰਦੇ ਸ਼ੁੱਧ, ਉਹਦੀ ਆਤਮਾ ਸ਼ੁੱਧ ਹੋ ਜਾਏਗੀ, ਮੋਹਰ ਲੱਗ ਜਾਏਗੀ, ਉਹਦੀ ਆਤਮਾ ਨੂੰ ਜਮ ਹੱਥ ਨਹੀਂ ਪਾ ਸਕਣਗੇ, ਕਿਉਂਕਿ ਮੋਹਰ ਲੱਗੀ ਨਾ ਜਿਹਦੇ 'ਤੇ, ਉਹਨੂੰ ਕੀ ਰੋਕਦਾ? ਸ਼ਾਸਨ ਸਰਕਾਰੀ ਮੋਹਰ ਦੀ ਇੰਨੀ ਪਾਵਰ ਹੈ, ਜਿਹਦੇ ਕੋਲ ਮੋਹਰ ਹੋਵੇ ਨਾ, ਪੁਲਿਸ ਵਾਲੇ ਕਹਿੰਦੇ ਲੰਘ ਜਾਣਦੇ ਹੋ, ਸਰਕਾਰੀ ਗੱਡੀ ਹੈ, ਮੋਹਰ ਲੱਗੀ ਹੈ, ਭਾਵੇਂ ਵਿੱਚ ਬਲੈਕ ਦਾ ਹੀ ਮਾਲ ਰੱਖਿਆ ਹੋਇਆ, ਸਾਸ ਉਹਨੂੰ ਨਹੀਂ ਫੜਨਾ, ਫੜਨਾ ਤੇਰੇ ਮੇਰੇ ਵਰਗੀਆਂ ਨੇ ਉਹਨਾਂ ਨੇ। ਭਾਵ ਕਿ ਮੋਹਰ ਦੀ ਗੱਲ ਹੈ, ਜਦੋਂ ਤੁਹਾਡੇ ਸਵਾਸਾਂ ਦੀ ਮੋਹਰ ਲੱਗ ਗਈ ਨਾ ਮੇਰੇ ਬਾਬੇ ਦੀ ਆਤਮਾ ਦੀ, ਤੇ ਤੁਸੀਂ ਸਿੱਧੇ ਸੱਚਖੰਡ ਜਾਓਗੇ। ਸਤਿਗੁਰੂ ਜੀ ਕਹਿੰਦੇ ਸੱਚਖੰਡ ਵਿੱਚ ਉਹਨਾਂ ਦੀ ਥਾਂ ਬਣ ਜਾਂਦੀ ਹੈ, ਜਿਹੜੇ ਪੂਰੇ ਗੁਰੂ ਦੀ ਵਡਿਆਈ ਕਰਦੇ ਨੇ, ਗੁਰਪੂਰੇ ਦੀ ਵਡਿਆਈ ਕਰਦੇ, ਸਿਮਰਨ ਕਰਦੇ, ਉਹਦੇ ਧਿਆਨ ਵਿੱਚ ਜੁੜਦੇ ਨੇ। ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠ ਧਿਆਇਆ ਸੰਤ, ਅੰਤ ਲਹੇਂਗੇ ਮੁਗਧ ਫਲ ਪਾਵੇਂਗੇ ਭਗਵੰਤ। ਉਹ
ਭਗਵਾਨ ਨੂੰ ਪਾ ਲੈਂਦੇ ਨੇ ਸਾਧ ਸੰਗਤ ਜਿਹੜੇ ਪੂਰੇ ਗੁਰੂ ਦੀਆਂ ਵਡਿਆਈਆਂ ਕਰਦੇ, ਮੇਰੇ ਬਾਬਾ ਜੀ ਦੀਆਂ ਵਡਿਆਈਆਂ ਕੀਤੀਆਂ ਸਾਧ ਸੰਗਤ ਕਿਹਨਾਂ ਨੇ ਕੀਤੀਆਂ, ਦੇਵਤਿਆਂ ਨੇ ਵੀ ਕੀਤੀਆਂ, ਸਾਰੇ ਦੇਵਤੇ ਵੀ ਮੇਰੇ ਬਾਬਾ ਜੀ ਨੂੰ ਗਾਉਂਦੇ। ਇੱਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ ਵਿਖਿਆਤਾ, ਤਾਸ ਚਰਨ ਹਿਰਦੇ ਵਸਾਵੋ ਤਾਂ ਪਰਮ ਗੁਰੂ ਨਾਨਕ ਗੁਣ ਗਾਵੋ। ਮੇਰੇ ਬਾਬੇ ਨੂੰ ਸਾਰੇ ਗਾਉਂਦੇ। ਸਤਿਗੁਰੂ ਜੀ ਕਹਿੰਦੇ ਧਰਮ ਰਾਜ ਵੀ ਗਾਉਂਦਾ, ਯਮਦੂਤ ਵੀ ਗਾਉਂਦੇ। ਇੱਥੋਂ ਤੱਕ ਮਾਰੂ ਸਲੋਕ ਵਿੱਚ, ਮਾਰੂ ਸ਼ਬਦ ਵਿੱਚ ਸਲੋਕ ਉਹਦੇ 'ਚ ਲਿਖਿਆ ਭੂਤ ਪ੍ਰੇਤ ਵੀ ਗਾਉਂਦੇ, ਸਾਰੇ ਹੀ ਗਾਉਂਦੇ ਮੇਰੇ ਬਾਬੇ। 84 ਲੱਖ ਜੋਨਵੀਂ ਅਰਾਧਦੀ ਹੈ, ਸਿਮਰਨ ਕਰਦੀ ਹੈ, ਪਰਮੇਸ਼ਰ ਦਾ ਨਾਮ ਜਪਦੀ ਹੈ। ਕਿਤੇ ਪਾਵਨ ਸਲੋਕ ਪੜ੍ਹ ਕੇ ਦੇਖਿਓ ਸਾਧ ਸੰਗਤ। ਪਰ ਜਿਹੜਾ ਪੂਰੇ ਗੁਰੂ ਦੀ ਵਡਿਆਈ ਕਰੇਗਾ ਸਾਧ ਸੰਗਤ, ਉਹ ਤਰ ਜਾਵੇਗਾ। ਤਾਰਿਆ ਜਹਾਨ ਲਿਆ ਅਭਿਮਾਨ, ਜਿੰਨੀ ਦਰਸ਼ਨ ਪਾਇਆ ਜਿੰਨੀ ਤੁਧ ਨੂੰ ਧਨ ਕਿਆ, ਤਿੰਨ ਜਮ ਨੇੜਨਾ। ਮੇਰੇ ਬਾਬੇ ਨੇ ਸਾਰਿਆਂ ਨੂੰ ਤਾਰਿਆ। ਸਾਧ ਸੰਗਤ ਅੱਜ ਪ੍ਰਭਾਤ ਫੇਰੀ ਜੀ ਕੌਤਕ ਹੋ ਗਿਆ, ਅੱਜ ਸੰਗਤ ਆਈ ਸੀ, ਬੜਾ ਤਗੜਾ ਸੱਪ ਨਿਕਲਿਆ ਇੱਥੇ ਇਸੇ ਗਲੀ 'ਚ, ਇਹ ਸੰਗਤ ਨੇ ਚੇਤ ਕਰਤਾ, ਉਹ ਵਿਚਾਰਾ ਉਧਾਰ ਕਰਾ ਗਿਆ। ਮੇਰਾ ਬਾਬਾ ਅੱਜ ਵੀ ਸੰਗਤ ਰੂਪ ਵਿੱਚ ਉਧਾਰ ਕਰੀ ਆਉਂਦਾ। ਮੇਰੇ ਬਾਬਾ ਜੀ ਬੈਠੇ ਸੀ ਜੰਗਲ ਵਿੱਚ, ਮਰਦਾਨਾ ਬੈਠਾ ਸੀ ਮਰਦਾਨਾ, ਅਤੇ ਇੱਕ ਸਿੱਖ ਆਇਆ ਸੀ ਨਵਾਂ ਨਵਾਂ, ਉਹਨੇ ਮੰਗ ਮੰਗੀ ਸੀ ਬਾਬਾ ਜੀ ਕੋਲ, ਮੈਨੂੰ ਆਵਦਾ ਬਣਾ ਲਓ। ਅਤੇ ਗੁਰੂ ਸਾਹਿਬ ਕੋਲ ਹੀ ਰਹਿ ਗਿਆ, ਕਹਿਣ ਲੱਗਾ ਸੱਚੇ ਪਾਤਸ਼ਾਹ ਤੁਹਾਡੇ ਕੋਲ ਹੀ ਰਹਿਣਾ, ਅੱਜ ਦਾ ਦਿਨ ਤੁਹਾਡੇ ਕੋਲ ਹੀ ਰਹਿ ਜਾ। ਬਾਬਾ ਜੀ ਕਹਿੰਦੇ ਰਹਿ ਜਾ। ਅਤੇ ਸਾਧ ਸੰਗਤ ਉਹ ਜਦੋਂ ਰਾਤ ਪਿਆ ਨਾ ਬਾਬਾ ਜੀ ਦੇ ਕੋਲ, ਅਤੇ ਸਾਧ ਸੰਗਤ ਉਹ ਸੱਪ ਇੱਕ ਫਨੀਅਰ ਕਾਲਾ ਜੰਗਲ ਵਿੱਚੋਂ ਨਿਕਲਿਆ, ਛੁਕਦਾ ਆਉਂਦਾ। ਮਰਦਾਨਾ ਕਹਿੰਦਾ ਬਾਬਾ ਸੱਪ ਬੜਾ ਤਗੜਾ ਆ ਰਿਹਾ, ਅਤੇ ਮਾਰ ਦੀਏ। ਸੰਗਤ ਨੇ ਮਿੰਟ ਲਾਇਆ ਸਾਧ ਸੰਗਤ। ਮੇਰਾ ਬਾਬਾ ਕਹਿੰਦਾ ਨਹੀਂ, ਆਪਾਂ ਮਾਰਨ ਵਾਲਿਆਂ 'ਚ ਨਹੀਂ, ਆਪਾਂ ਜਿਉਂਦੇ ਕਰਨ ਵਾਲਿਆਂ 'ਚ। ਬਾਬਾ ਜੀ ਕਹਿੰਦੇ ਨੂੰ ਆਉਣ ਦੇ, ਇਹਦੇ ਵਿਚਾਰੇ ਕੋਲ ਪਹਿਲੇ ਨਾ ਹੱਥ ਅਤੇ ਨਾ ਪੈਰ, ਢਿੱਡ ਦੀ ਭਾਰਤ ਪਹਿਲੇ ਰਿੜਦਾ ਆ ਰਿਹਾ। ਮੇਰਾ ਬਾਬਾ ਕਹਿੰਦਾ ਮਰਦਾਨਿਆ, ਪਿਛਲੇ ਜਨਮ 'ਚ ਮਨੁੱਖ ਸੀ, ਹੱਥਾਂ ਨਾਲ ਸੇਵਾ ਨਹੀਂ ਕੀਤੀ, ਪੈਰਾਂ ਨਾਲ ਕਿਤੇ ਧਰਮ ਦੇ ਰਸਤੇ ਚੱਲ ਕੇ ਨਹੀਂ ਗਿਆ, ਗੁਰਮਾਰਗ 'ਤੇ ਨਹੀਂ ਤੁਰਿਆ, ਅਤੇ ਧਰਮ ਰਾਜ ਇਹਨੇ ਦੇ ਹੱਥ ਵੀ ਖੋਲ੍ਹੇ ਅਤੇ ਪੈਰ ਵੀ ਖੋਲ੍ਹੇ, ਨਾ ਇਹਨੂੰ ਹੱਥ ਮਿਲੇ ਨਾ ਪੈਰ। ਸਤਿਗੁਰੂ ਜੀ ਕਹਿੰਦੇ ਜਿਹੜਾ ਹੱਥਾਂ ਨਾਲ ਸੇਵਾ ਨਹੀਂ ਕਰਦਾ, ਪੈਰਾਂ ਨਾਲ ਗੁਰੂ ਘਰ ਚੱਲ ਕੇ ਨਹੀਂ ਜਾਂਦਾ, ਆਉਂਦੇ ਜਨਮ ਸੱਪ ਦੇ ਜਨਮ ਮਿਲਦਾ, ਨਾ ਹੱਥ ਮਿਲਦੇ ਨਾ ਪੈਰ। ਰਸਨਾ ਵੀ ਵੱਢ ਕੇ ਰੱਖ ਲੈਂਦੇ, ਤਿਲ ਤਿਲ ਕਰ ਕੱਟੀ ਹੈ, ਰਸਨਾ ਜਪੇ ਨਾਮ ਤਿਲ ਤਿਲ ਕਰ ਕੱਟੀ, ਸੱਪ ਦਾ ਜਨਮ ਮਿਲਦਾ। ਬਾਬਾ ਜੀ ਕਹਿੰਦੇ ਆਉਣ ਦੇ ਨੂੰ ਇਹਦਾ ਕੋਈ ਕਰਮ ਜਾਗ ਪਿਆ ਨੂੰ ਆਉਣ ਦੇ। ਮਰਦਾਨਾ ਕਹਿੰਦਾ ਮਹਾਰਾਜ ਫੰਕਾਰੇ ਮਾਰਦਾ ਆਉਂਦਾ। ਸਤਿਗੁਰੂ ਕਹਿੰਦੇ ਕੋਈ ਗੱਲ ਨਹੀਂ ਆਉਣ ਦੇ। ਜਦੋਂ ਲਾਗੇ ਆਇਆ ਨਾ, ਉਹ ਜਿਹੜਾ ਸਿੱਖ ਆਇਆ ਸੀ ਉਹਦੇ ਡੰਗ ਮਾਰਨ ਲੱਗਿਆ। ਮੇਰਾ ਬਾਬਾ ਕਹਿੰਦਾ ਨਾਗ ਇੱਥੇ ਹੀ ਖੜ ਜਾ। ਹੁਣ ਬਾਬਾ ਜੀ ਜਿਹਨੂੰ ਆਵਾਜ਼ ਦੇਣ, ਜਿਹਦੇ ਹੁਕਮ ਵਿੱਚ ਸਾਰੀ ਕਾਇਨਾਤ ਖੜੀ ਹੋਵੇ, ਜਿਹਦੇ ਹੁਕਮ ਵਿੱਚ ਲੱਖਾਂ ਦਰਿਆਓ ਚੱਲਦੇ ਹੋਣ, ਜਿਹਦੇ ਹੁਕਮ ਵਿੱਚ ਪੌਣ ਚੱਲਦੀ ਹੋਵੇ, ਜਿਹਦੇ ਹੁਕਮ ਵਿੱਚ ਪਾਣੀ ਹੋਵੇ, ਉਹ ਜੇ ਆਵਾਜ਼ ਮਾਰੇ ਤਾਂ ਨਾਗ ਦੀ ਕੀ ਮਜਾਲ ਨਾ ਖੜੀ। ਨਾਗ ਉੱਥੇ ਹੀ ਜੰਮ ਗਿਆ। ਸਾਧ ਸੰਗਤ
ਨਾਗ ਬੋਲਿਆ, ਬਾਬੇ ਨੇ ਬੁਲਾ ਲਿਆ, ਮੇਰੇ ਬਾਬੇ ਦੀ ਪਾਵਰ ਹੈ, ਮੇਰੇ ਬਾਬੇ ਗੁਰੂ ਨਾਨਕ ਸਿੰਘ ਨਿਰੰਕਾਰ ਹੈ, ਸਾਰੀਆਂ ਜੋਨਾਂ ਦਾ ਮਾਲਕ ਹੈ, ਸਾਰਿਆਂ ਜੀਆਂ ਦਾ ਮਾਲਕ ਹੈ, ਸਭਨਾ ਜੀਆਂ ਕਾ ਇੱਕ ਦਾਤਾ। ਜਿਹਨੇ ਬਾਬੇ ਨਾਨਕ ਨੂੰ ਗੁਰੂ ਧਾਰਨ ਕਰ ਲਿਆ ਨਾ, ਸੱਚ ਜਾਣਿਓ ਸਾਸ, ਉਹਦੇ ਘਰ ਦੇ ਵਿੱਚ ਦੇਵਤਿਆਂ ਦਾ ਪਹਿਰਾ ਲੱਗ ਰਿਹਾ, ਨਾ ਕਮਾਈ 'ਚ ਘਾਟਾ, ਨਾ ਸਾਧ ਸੰਗਤ ਬਿਮਾਰੀ, ਨਾ ਦੁੱਖ, ਨਾ ਭੂਤ, ਨਾ ਪ੍ਰੇਤ, ਨਾ ਜਮ, ਉਸ ਘਰ ਵਿੱਚ ਮੇਰੇ ਬਾਬੇ ਦੇ ਦੇਵਤੇ ਮਿਹਰ ਪਹਿਰਾ ਦਿੰਦੀ ਹੈ ਸਾਧ ਸੰਗਤ। ਧੰਨ ਗੁਰੂ ਨਾਨਕ ਸਾਹਿਬ ਦੇ ਹੁਕਮ ਵਿੱਚ ਸਭ ਸ੍ਰਿਸ਼ਟੀ ਵਧੀ ਹੋਈ ਹੈ, ਆਖਿਆ ਖੜ ਜਾ ਇੱਥੇ, ਉੱਥੇ ਹੀ ਖੜ ਗਿਆ, ਕਹਿਣ ਲੱਗਾ ਰੋਕ ਨਾ ਬਾਬਾ ਮੈਨੂੰ, ਮੇਰਾ ਹਿਸਾਬ ਇਹਦੇ ਨਾਲ, ਇਹ ਹਿਸਾਬ ਕਿਤਾਬ ਪੂਰੇ ਹੁੰਦੇ, ਤੇ ਲੇਖਾ ਉਹਨਾਂ ਦਾ ਨਹੀਂ ਹੁੰਦਾ ਜਿਹੜੇ ਬਾਬੇ ਨਾਨਕ ਦੇ ਚਰਨਾਂ ਨਾਲ ਜੁੜ ਗਏ, ਜਿਹੜੇ ਉਹਦੇ ਚਰਨਾਂ ਨਾਲ ਜੁੜ ਕੇ ਧਰਮ ਰਾਜ ਨੂੰ ਹੁਕਮ ਹੈ ਤੂੰ ਦੁਸ਼ਟ ਆਤਮਾ ਨੂੰ ਦੇਣੀ ਹੈ ਸਜ਼ਾ, ਜਿਹੜੀ ਆਤਮਾ ਸ਼ੁੱਧ ਹੋ ਗਈ ਧਰਮ ਰਾਜ ਨੂੰ ਮੱਥਾ ਟੇਕ ਲੈ। ਸਤਸੰਗ ਨਾਗ ਕਹਿੰਦਾ ਮੇਰਾ ਹਿਸਾਬ ਏ ਬਾਬਾ, ਕਹਿਣ ਲੱਗਾ ਸਤਿਗੁਰੂ ਨਾਨਕ ਜੀ ਪਾਤਸ਼ਾਹ ਕਹਿੰਦੇ ਓਏ ਨਾਗ, ਤੇਰਾ ਹਿਸਾਬ ਸੀ ਹੁਣ ਨਹੀਂ ਹੈ, ਇਹ ਸਾਡਾ ਬਣ ਗਿਆ, ਇਹ ਸਾਡਾ ਬਣ ਚੁੱਕਾ ਹੈ, ਇਹਨੇ ਸਾਨੂੰ ਗੁਰੂ ਧਾਰਨ ਕਰ ਲਿਆ, ਮੰਗ ਮੰਗ ਲਈ ਮੈਨੂੰ ਸੇਵਕ ਬਣਾਓ, ਮੈਨੂੰ ਸਿਮਰਨ ਦੀ ਦਾਤ ਦਿਓ, ਮੈਂ ਤੁਹਾਡੇ ਆਖੇ ਲੱਗਾਂਗਾ, ਜਿਵੇਂ ਮੈਨੂੰ ਕਹੋਗੇ ਮੈਂ ਉਵੇਂ ਹੀ ਜੀਵਨ ਨਿਰਵਾਹ ਕਰਾਂਗਾ, ਅਤੇ ਇਹ ਸਾਡਾ ਬਣ। ਕਹਿੰਦੇ ਇਹ ਤਾਂ ਬੜਾ ਅੰਨ ਭਿੱਜ ਸੀ, ਇਹ ਤਾਂ ਕਿਸੇ ਨੂੰ ਪਾਣੀ ਨਹੀਂ ਸੀ ਪੁੱਛਦਾ, ਬਾਬਾ ਤੇਰੇ ਕੋਲ ਕਿਵੇਂ ਆ ਗਿਆ, ਤੈਨੂੰ ਪ੍ਰਸ਼ਾਦਾ ਕਿਵੇਂ ਛਕਾਤਾ, ਪ੍ਰਸ਼ਾਦਾ ਛਕਾਇਆ ਸੀ ਸਿੱਖ ਨੇ। ਅਤੇ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਕਹਿੰਦੇ ਇਹਨੇ ਮੰਗ ਮੰਗ ਲਈ। ਫਿਰ ਨਾਗ ਕਹਿਣ ਲੱਗਾ ਬਾਬਾ ਜੇ ਇਹਨੂੰ ਉਤਾਰਿਆ ਤਾਂ ਮੈਨੂੰ ਵੀ ਉਤਾਰ ਦੇ, ਫਿਰ ਮੇਰਾ ਵੀ ਫਿਰ ਹਿਸਾਬ ਕਿਤਾਬ ਧਰਮ ਰਾਜ ਵਾਲਾ ਮੁਕਤਾ ਕਰ ਦੇ, ਮੈਂ ਵੀ ਜ਼ਹਿਰ 'ਚ ਭਟਕਦਾ, ਕਿਰਪਾ ਕਰ ਮੇਰੇ 'ਤੇ। ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆ ਇਹ ਨਾਗ ਨੇ ਵੀ ਇਹ ਮੰਗ ਮੰਗ ਲਈ, ਨਾਗ ਨੇ ਮੰਗ ਮੰਗ ਲਈ ਮੇਰਾ ਆਧਾਰ ਕਰ ਦਿਓ ਮਰਦਾਨਿਆ, ਰਬਾਬ ਛੇੜ ਆ ਅੰਮ੍ਰਿਤ ਦਾ ਵੇਲਾ, ਇਹ ਨਾਗ ਆਇਆ ਇੱਥੋਂ ਦੀ ਗਿਰੂ ਆਤਮਾ ਭਟਕ ਰਹੀ ਸੀ, ਜਿਹੜੀ ਮੰਗ ਕਰ ਰਹੀ ਸੀ ਕਿਤੇ ਗੁਰੂ ਨਾਨਕ ਦੀਆਂ ਸੰਗਤਾਂ ਆਉਣ, ਗੁਰੂ ਨਾਨਕ ਸੰਗਤਾਂ ਦੇ ਵਿੱਚ ਆਉਂਦਾ ਜੀ, ਅਤੇ ਮੇਰਾ ਵੀ ਆਧਾਰ ਸਾਹਮਣੇ ਆ ਗਿਆ, ਨਹੀਂ ਤਾਂ ਨਾਗ ਸੱਪ ਭੱਜਦਾ ਪਾਸੇ ਨੂੰ ਵੇਖ ਕੇ, ਕਹਿੰਦਾ ਮੇਰਾ ਆਧਾਰ ਕਰ ਦਿਓ। ਅਤੇ ਬਾਬੇ ਨਾਨਕ ਵਰਤਦਾ, ਬਾਬਾ ਨਾਨਕ ਸਾਰਿਆਂ ਵਿੱਚ ਵਰਤਦਾ, ਸਾਧ ਸੰਗਤ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਇਹਨੂੰ ਗਾਉਂਦਾ ਉਹਦੇ ਵਿੱਚ ਤਾਂ ਵਰਤਦਾ ਹੀ ਹੈ ਸਾਧ ਸੰਗਤ। ਮਰਦਾਨਿਆ ਰਬਾਬ ਛੇੜ, ਜਦੋਂ ਰਬਾਬ ਵੱਜੀ ਉਹ ਕੀਰਤਨ ਸੁਣ ਕੇ ਸ਼ਬਦ ਦੀ ਚੋਟ ਵੱਜੀ ਨਾ ਜਦੋਂ ਨਾਗ ਨੂੰ, ਅਤੇ ਨਾਗ ਪੁੱਠਾ ਹੋ ਗਿਆ ਸਾਧ ਸੰਗਤ, ਉਹਦੀ ਆਤਮਾ ਵੀ ਦਰਗਾਹ ਨੂੰ ਚਲੀ ਗਈ, ਬਾਬੇ ਦਾ ਉਹਦਾ ਜਨਮ ਮਰਨ ਕੱਟ ਦਿੱਤਾ, ਆਖਿਆ ਇਹ ਨਾਗ ਆਉਂਦੇ ਜਨਮ ਨੂੰ ਹੁਣ ਮਨੁੱਖ ਜਨਮ ਧਾਰ ਕੇ ਆਏਗਾ, ਸੇਵਕ ਬਣ ਕੇ ਆਏਗਾ, ਰੱਬ ਦਾ ਨਾਮ ਜਪੇਗਾ। ਆਓ ਸਾਧ ਸੰਗਤ, ਧੰਨ ਗੁਰੂ ਨਾਨਕ ਸਾਹਿਬ ਆਇਆ ਹੀ ਦੁਨੀਆਂ ਨੂੰ ਤਾਰਨ ਵਾਸਤੇ ਹੈ, ਤਾਰਿਆ ਸੱਚੇ ਪਾਤਸ਼ਾਹ ਅਤੇ ਤਰ ਰਿਹਾ ਸੰਸਾਰ, ਤਾਰਿਆ ਜਹਾਨ ਲਹਿਆ ਅਭਿਮਾਨ, ਜਿੰਨੀ ਦਰਸ਼ਨ ਪਾਇਆ ਜਿੰਨੀ ਤੁਧਨੋ ਧਨ ਕਿਆ,
ਤਿੰਨ ਜਮ ਨੇੜ ਆਇਆ। ਆਓ ਸਤਿਗੁਰੂ ਕਿਰਪਾ ਕਰਨ, ਮਿਹਰ ਕਰਨ, ਮੇਰੇ ਬਾਬਾ ਜੀ ਸਾਰਿਆਂ ਦੇ ਸਿਰ 'ਤੇ ਮੇਰੇ ਭਰੇ ਹੱਥ ਰੱਖਣ, ਸਾਰਿਆਂ ਦਾ ਪ੍ਰਭਾਵ ਵੇਰੀਆਂ 'ਚ ਧਰਮ ਰਾਜ ਵਾਲਾ ਲੇਖਾ ਮਿਟਾ ਦੇਣ, ਮੰਨੇ ਦੇ ਸਿੱਖ ਬਣਾ ਦੇਣ, ਸੱਚੇ ਪਾਤਸ਼ਾਹ ਸਿਮਰਨ ਵਿੱਚ ਲਾ ਦੇਣ, ਸਭ ਦਾ ਸ਼ਬਦ ਚੱਲ ਪਵੇ, ਗੁਰੂ ਮਿਹਰ ਕਰੇ। ਇਹ ਮਨ ਜਿਹੜਾ ਸਾਧ ਸੰਗਤ ਜੁੜਦਾ ਨਹੀਂ, ਜੁੜਨ ਲੱਗ ਜੇ, ਇਹ ਜਪਣ ਲੱਗ ਜੇ, ਬਾਬਾ ਕਰ ਮੇਰ ਸਾਰਿਆਂ 'ਤੇ ਅੰਮ੍ਰਿਤ ਭਰੀ ਦ੍ਰਿਸ਼ਟੀ ਪਾ, ਅਸੀਂ ਤੇਰੇ ਬਣ ਜਾਈਏ, ਹੋਈਆਂ ਪਹਿਲਾਂ ਦੀ ਖਿਮਾ ਬਖਸ਼ਿਓ, ਆਸੀਸ ਦਿਓ। ਸਤਿਗੁਰੂ ਨਾਨਕ ਸਭ 'ਤੇ ਮਿਹਰ ਭਰਿਆ ਹੱਥ ਰੱਖਣ, ਸਭ ਨੂੰ ਭਗਤੀ ਦਾਤ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਬੇਨਤੀ ਭਾਈ ਸਾਹਿਬ ਜੀ ਨੂੰ ਥੋੜ੍ਹਾ ਟਾਈਮ ਅੱਜ ਉਹਨਾਂ ਕੋਈ ਹੈ।